ਜਿਹੜਾ ਇਨਸਾਫ ਹੱਕ ਇਨਸਾਫ ਵਾਲੀ ਮਤ ਤੇ ਦੋਏ ਚੱਲਣ। ਆਦਮੀ ਆਪਣੀ ਮਰਜ਼ੀ ਛੱਡੇ, ਔਰਤ ਦਾ ਤਾਂ ਮਰਜ਼ੀ ਤਾਂ ਕੰਮੇ ਨਹੀਂ ਹੈ, ਆਦਮੀ ਨੂੰ ਆਪਣੀ ਮਰਜ਼ੀ ਛੱਡਣੀ ਪਊਗੀ। ਨਹੀਂ ਕਲੇਸ਼ ਜੇ ਧਰਮ ਨਾਲ ਜੁੜਿਆ ਹੋਇਆ ਫਿਰ ਤਾਂ ਕਲੇਸ਼ ਹੈ, ਫਿਰ ਤਾਂ ਜਾਨਵਰ ਹੈ, ਫਿਰ ਜਾਨਵਰ ਹੈ। ਜਾਨਵਰ ਵੀ ਰੱਖਦੇ ਨੇ, ਜਾਨਵਰ ਧੱਕੇ ਨਾਲ ਜ਼ੋਰ ਨਾਲ ਜ਼ੁਲਮ ਨਾਲ ਰੱਖਦੇ ਨੇ ਕਾਬੂ 'ਚ, ਆਦਮੀ ਨੂੰ ਇਜਾਜ਼ਤ ਨਹੀਂ ਹੈ। ਧੱਕੇ ਨਾਲ ਜ਼ੋਰ ਨਾਲ ਜ਼ੁਲਮ ਨਾਲ ਕਾਬੂ ਰੱਖਣਾ, ਕਿਸੇ ਨੂੰ ਆਪਣੇ ਪਿੱਛੇ ਲਾਉਣਾ, ਧਰਮ ਬੁਲਾਉਣਾ, ਚਾਹੇ ਧਰਮ ਬੁਲਾਉਣਾ ਹੋਵੇ, ਧਰਮ ਵੀ ਤਾਂ ਆਪਣੇ ਪਿੱਛੇ ਲਾਉਣਾ ਹੀ ਹੁੰਦਾ। ਗੁਰਮਤ ਇਜਾਜ਼ਤ ਨਹੀਂ ਦਿੰਦੀ ਐਸੇ ਧਰਮ ਦੀ ਜਿਹੜਾ ਦਹਿਸ਼ਤ ਨਾਲ ਫੈਲੇ, ਜਿਹਦੇ ਦਹਿਸ਼ਤ ਦੀ ਲੋੜ ਪਵੇ। ਸਮਝਾਉਣਾ, ਸਮਝਾ ਕੇ, ਦਹਿਸ਼ਤ ਨਹੀਂ, ਦਹਿਸ਼ਤ ਵਾਸਤੇ ਗੁਰਮਤ 'ਚ ਕੋਈ ਜਗ੍ਹਾ ਨਹੀਂ। ਸਾਡੇ ਜਿਹੜੇ ਸੀ ਨਾ ਅੱਤਵਾਦੀ ਤਾਂ ਹੀ ਮਾਰੇ ਗਏ, ਕਿਉਂ ਮਾਰੇ ਗਏ? ਗੁਰਮਤਾ ਤਾਂ ਗਿਆਨ ਹੀ ਨਹੀਂ ਸੀ ਉਹਨਾਂ ਨੂੰ। ਉਹ ਤਾਂ ਕਹਿੰਦੇ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਗੋਲੀ ਮਾਰ ਲਓ। ਤੁਸੀਂ ਕਿਹਦੀ ਮੰਨਦੇ ਹੋ? ਸਵਾਲ ਹੈ ਤੁਸੀਂ ਕਿਹਦੀ ਮੰਨਦੇ ਹੋ? ਜੇ ਤੁਸੀਂ ਗੁਰੂ ਦੀ ਮੰਨੋ, ਜੇ ਸਿੱਖ ਸੀਗੇ ਤਾਂ ਗੁਰੂ ਦੀ ਮੰਨਦੇ ਨਾ ਉਹ, ਅਤੇ ਗੁਰੂ ਦੀ ਜੇ ਮੰਨਦੇ ਫਿਰ ਤਾਂ ਕਿਸੇ ਗੋਲੀ ਮਾਰ ਹੀ ਨਹੀਂ ਸਕਦੇ, ਫਿਰ ਤਾਂ ਆਪਣੀ ਬਣਾ ਹੀ ਨਹੀਂ ਸਕਦੇ। ਗੁਰਮਤ ਤੋਂ ਸੱਖਣੇ ਅਤੇ ਕੋਰੇ ਅਤੇ ਹੁਣ ਵੀ ਜਿਹੜੇ ਰੌਲਾ ਪਾਉਂਦੇ ਨੇ, ਗੁਰਮਤ ਤੋਂ ਕੋਰੇ ਨੇ, ਕੱਖ ਨਹੀਂ ਉਹਨਾਂ ਦੇ ਪੱਲੇ ਹੈ, ਔਰ ਉਹ ਕਾਮਯਾਬ ਨਹੀਂ ਹੋ ਸਕਣੇ। ਉਹਨਾਂ ਦੇ ਮਗਰ ਤਾਂ ਹੀ ਨਹੀਂ ਪਬਲਿਕ ਲੱਗਦੀ, ਤਾਂ ਹੀ ਨਹੀਂ ਉਹਨਾਂ ਨੂੰ ਕੋਈ ਵੋਟ ਦਿੰਦਾ। ਵੋਟ ਉਹਨਾਂ ਨੂੰ ਦਊ ਕਿ ਮੈਂ ਮੂਰਖਾਂ ਨੂੰ ਨਹੀਂ ਕੋਈ ਵੋਟ ਦਿੰਦਾ ਹੁੰਦਾ, ਅੱਗੇ ਨੁਕਸਾਨ ਕਰਾ ਤਾ ਹੁਣ ਕਰਾ ਦੇਣਗੇ ਉਹ ਦੇਖ ਲੈ, ਨੁਕਸਾਨ ਕਰਾ ਦੇਣਗੇ। ਅੱਗੇ ਮੁੰਡੇ ਨਹੀਂ ਬਣਾਏ ਨੇ, ਜਵਾਕ ਸੀਗੇ, ਪਤਾ ਹੈ ਨਹੀਂ ਸਾਰੇ ਬਰਬਾਦ ਤੇ। ਮਤਲਬ ਸਾਡਾ ਹੈ ਕਿ ਸਾਰੇ ਸੰਸਾਰ ਦੇ ਜਿਹੜੇ ਲੋਕ ਨੇ, ਬੱਚੇ ਨੇ, ਸਾਡੇ ਨੇ, ਕੋਈ ਭਾਈ ਹੈ, ਕੋਈ ਸਾਰੇ ਭਾਈ ਉਹ ਨੇ, ਜੇ ਬੱਚੇ ਨੇ ਉਹ ਵੀ ਸਾਡੇ ਨੇ, ਚਾਹੇ ਇੱਕ ਪਰਿਵਾਰ ਇੱਕ ਹੈ, ਫਿਰ ਥੋੜ੍ਹੇ ਫਰਕ ਕਿਉਂ? ਜੇ ਇੱਕ ਪਰਿਵਾਰ ਨਹੀਂ ਸਮਝਦੇ ਤੁਸੀਂ, ਫਿਰ ਸਿੱਖੀ ਤੋਂ ਤੁਸੀਂ ਹਜ਼ਾਰਾਂ ਕੋਹ ਦੂਰ ਬੈਠੇ ਹੋ, ਫਿਰ ਹੀ ਤੁਹਾਡੇ ਕਿਸੇ ਨੇ ਮਗਰ ਲੱਗਣਾ। ਪ੍ਰੇਮ ਨਾਲ ਤਾਂ ਤੁਸੀਂ ਜਿੱਤ ਸਕਦੇ ਹੋ ਕਿਸੇ ਨੂੰ, ਪ੍ਰੇਮ ਤੇ ਬਿਨਾਂ ਨਹੀਂ ਜਿੱਤਿਆ ਜਾ ਸਕਦਾ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਅੰਗਰੇਜ਼ਾਂ ਦੇ ਵਿੱਚ ਪ੍ਰੇਮ ਨੂੰ ਮਹਾਨਤਾ ਤਾਂ ਦਿੱਤੀ ਹੋਈ ਹੈ, ਪਰ ਕੁਟਲ ਨੀਤੀ ਉਹਨਾਂ ਦੇ ਵਿੱਚ ਜਿਹੜੀ ਆ ਉਹ ਕੰਮ ਖਰਾਬ ਕਰਦੀ ਹੈ। ਪ੍ਰੇਮ ਕਹਿਣ ਨੂੰ ਪ੍ਰੇਮ ਹੈ, ਅੰਦਰ ਕੁਟਲਤਾ ਹੈ, ਵਿੱਚ ਕੁਟਲਤਾ ਵਾਲਾ ਪ੍ਰੇਮ ਜਿਹੜਾ ਪ੍ਰੇਮ ਨਹੀਂ ਹੁੰਦਾ, ਖੋਟਾ ਪ੍ਰੇਮ ਹੋ ਜਾਂਦਾ। ਪ੍ਰੇਮ ਤਾਂ ਉਹ ਵੀ ਕਹਿੰਦੇ ਨੇ, ਲਵ ਇਜ਼ ਗੋਡ, ਪਰ ਲਵ ਇਜ਼ ਗੋਡ ਨਹੀਂ ਹੁੰਦਾ, ਗੋਡ ਲਵ ਨਹੀਂ ਹੁੰਦਾ। ਪ੍ਰੇਮ ਨਾਲ ਜਿਹਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਪ੍ਰੇਮ ਕੀਓ ਪ੍ਰਭ ਪਾਇਓ, ਉਹ ਪ੍ਰੇਮ ਤਾਂ ਡੋਰੀ ਹੈ ਪ੍ਰਭ ਨੂੰ ਪਾਉਣ ਦੀ, ਡੋਰੀ ਨੂੰ ਕਹਿਣ ਲੱਗੇ, ਡੋਰੀ ਨੂੰ ਗੋਡ ਬਣਾਤਾ, ਇਹਦਾ ਉਹਨਾਂ ਗੋਡ ਬਾਰੇ ਗਿਆਨ ਨਹੀਂ ਹੈ ਉਹਨਾਂ ਨੂੰ। ਉਹਦਾ ਡੋਰੀ ਨੂੰ ਗੋਡ ਬੰਨੀ ਬੈਠੇ ਨੇ, ਡੋਰੀ ਨਾਲ ਫਾਹਾ ਲੈਣਾ ਤੁਸੀਂ, ਡੋਰੀ ਨਾਲ ਫਾਂਸੀ ਹੋ ਸਕਦੀ ਹੈ, ਤੁਹਾਨੂੰ ਕਿਸੇ ਨੂੰ ਦੇ ਸਕਦੇ ਹੋ, ਆਪ ਲੈ ਲਓ। ਡੋਰੀ ਦਾ ਬੰਨਣਾ ਹੈ, ਜਜਾਲ ਹੈ।